ਕਿਸਾਨ ਵੀਰੋ, ਮੈਂ ਦਲਜੀਤ ਸਿੰਘ ਬਰਾੜ, ਮਾਡਰਨ ਕ੍ਰੋਪ ਕੇਅਰ ਕੈਮੀਕਲ ਤੋਂ ਐਮ ਡੀ। ਅੱਜ ਅਸੀਂ ਫਰੀਦਕੋਟ ਯੂਨੀਵਰਸਿਟੀ ਦੇ ਕੇਵੀਕੇ ਸੈਂਟਰ 'ਚ ਪਹੁੰਚੇ ਹਾਂ, ਜਿੱਥੇ ਯੂਨੀਵਰਸਿਟੀ ਨੇ ਕੋਟਨ ਦੇ ਕਾਫੀ ਸੋਹਣੇ ਪਲਾਟ ਲਾਏ ਆ ਅਤੇ ਡਰਿਪ ਸਿਸਟਮ ਨਾਲ ਲਾਏ ਆ। ਆਹ ਵੇਲੋ ਡਰਿਪ ਦਾ ਪਾਣੀ ਦਿਖਾਉਂਦਾ ਮੈਂ, ਤੋਕਾ ਤੁਹਾਡੇ ਸਾਹਮਣੇ ਆ ਰਿਹਾ। ਆਹ ਸਾਡੇ ਕੋਲ ਬੂਟਾ ਤੋਕਾ ਇਹਨੂੰ ਆ ਰਿਹਾ। ਅਤੇ ਗੌਰਮੈਂਟ ਦੀ ਇਹ ਕੋਸ਼ਿਸ਼ ਹੈ ਕਿ ਧਰਤੀ ਵਾਲੇ ਪਾਣੀ ਮੁੱਕ ਰਹੇ ਆ, ਵਾਤਾਵਰਨ ਖਰਾਬ ਹੋ ਰਿਹਾ, ਜੰਗਲਾਤ ਖਤਮ ਹੋ ਰਹੀ ਹੈ, ਨਰਮੇ ਦੀ ਫਸਲ ਨੂੰ ਸਾਨੂੰ ਬਹੁਤ ਬਚਾਉਣਾ ਜ਼ਰੂਰੀ ਹੈ। ਜੇ ਧਰਤੀ ਹੇਠਲਾ ਪਾਣੀ ਬਚਾਉਣਾ ਹੈ ਆਉਣ ਵਾਲੀਆਂ ਨਸਲਾਂ ਵਾਸਤੇ, ਤਾਂ ਤੁਹਾਨੂੰ ਖੇਤੀ, ਸਾਰੀ ਖੇਤੀ, ਇਕੱਲਾ ਕੋਟਨ ਨਹੀਂ, ਸਾਰੀ ਖੇਤੀ ਡਰਿਪ ਥੱਲੇ ਲਿਆਉਣੀ ਪਊ। ਯੂਨੀਵਰਸਿਟੀ ਦੇ ਉੱਤੇ ਕਮਾਦ ਵੀ ਡਰਿਪ 'ਤੇ ਲਾਇਆ ਹੋਇਆ, ਕੋਟਨ ਵੀ ਡਰਿਪ 'ਤੇ ਲਾਇਆ ਹੋਇਆ, ਅਤੇ ਸਾਨੂੰ ਜਿੰਨੀਆਂ ਖੇਤੀਆਂ ਅਸੀਂ ਡਰਿਪਟਾਂ ਕਰ ਲਵਾਂਗੇ, ਨਾਲੇ ਸਾਡਾ ਪਾਣੀ ਵਧਜੂ, ਨਾਲੇ ਜਿਹੜੀ ਸਾਡੀ ਯੀਲਡ ਹੈ, ਮੈਨੂੰ ਲੱਗਦੀ ਵੀ ਘੱਟੋ ਘੱਟ 40% ਯੀਲਡ ਤੁਹਾਡੀ ਵੱਧ ਸਕਦੀ ਹੈ। ਕਿਉਂ, ਇਹਦੇ ਨਾਲ ਸਾਡੇ ਨੰਬਰ ਆਫ ਪਲਾਟ ਖੇਤ ਦੇ ਪੂਰੇ ਹੋ ਜਾਂਦੇ ਹੈ, ਨਾ ਸੰਘਣਾ ਹੁੰਦਾ ਨਾ ਵਿਰਲਾ ਹੁੰਦਾ। ਪਲਾਟ ਨੂੰ ਲੋੜੀ ਦੀ ਫਰਟੀਲਾਈਜ਼ਰ ਪੈਂਦੀ ਹੈ, ਲੋੜੀ ਦਾ ਪਾਣੀ ਮਿਲਦਾ, ਨਦੀਨ ਇਹਦੇ 'ਚ ਹੁੰਦੇ ਨਹੀਂ, ਅਤੇ ਲੋੜੀ ਦੀ ਇਹਨੂੰ ਸਪੇਸ ਮਿਲ ਜਾਂਦੀ ਹੈ, ਜਿਹਦੇ ਨਾਲ ਹਵਾ, ਪਾਣੀ, ਧੁੱਪ ਸਭ ਕੁਝ ਪੌਦੇ ਨੂੰ ਜ਼ਰੂਰਤ ਪੈਂਦਾ। ਅਤੇ ਅਸੀਂ ਜੇ ਅਸੀਂ ਫਰੀਦਕੋਟ ਸਪੈਸ਼ਲ ਡਾਕਟਰ ਕੁਲਵੀਰ ਜੀ ਨੂੰ ਤਾਂ ਡਾਕਟਰ ਸਤਰਾਮ ਜੀ ਨੂੰ ਮਿਲਣ ਆਏ ਜੀ, ਉਹ ਕੁਦਰਤੀ ਕਿਸੇ ਕਾਰਨਾਂ ਕਰਕੇ ਆਪਣੀਆਂ ਅਰਜੀ ਮਹਿਕਿਆ ਟੂਰ 'ਤੇ ਗਏ, ਮਿਲੇ ਨਹੀਂ ਸਾਨੂੰ। ਅਤੇ ਅਗਲਾ ਮੈਂ 1 ਜੁਲਾਈ ਤੋਂ ਕੋਟਨ ਵਾਸਤੇ, ਖਾਸ ਕਰਕੇ ਹਰਿਆਣਾ, ਰਾਜਸਥਾਨ, ਉਸ ਏਰੀਆ ਸਾਡਾ ਪੰਜਾਬ ਦਾ, ਜਿਹੜੇ ਸਾਡੇ ਕਸਟਮਰ ਵਾਸਤੇ ਨਿਕਲ ਰਹੇ ਹਾਂ, ਅਸੀਂ ਇਹਦੀ ਪੂਰੀ ਮੁਹਿੰਮ ਵਿੱਢੀ ਹੈ ਵੀ ਨਰਮੇ ਦੀ ਫਸਲ ਪੈਦਾ ਕਰਕੇ ਛੱਡਾਂਗੇ। ਪਰਮਾਤਮਾ ਨੇ ਸਾਥ ਦਿੱਤਾ ਤਾਂ ਅੱਜ ਇੱਥੇ ਵੀ ਯੂਨੀਵਰਸਿਟੀ ਦਾ ਟ੍ਰਾਇਲ ਆਪਦੇ ਕੌਨਫੀਡੈਂਸ ਲਈ ਵੇਖਣ ਆਏ ਸੀ। ਇਹਨਾਂ ਨੇ ਜਿੰਨੇ ਪਲਾਟ ਲਾਏ ਆ ਉਹਨਾਂ ਮੈਂ ਦੱਸਦਾ ਕਿ ਬੂਟੇ ਟੂ ਬੂਟਾ ਇਹ 67 ਸੈਂਟੀਮੀਟਰ ਹੈ, ਲਾਈਨ ਟੂ ਲਾਈਨ 67 ਸੈਂਟੀਮੀਟਰ ਹੈ, ਅਤੇ ਬੂਟੇ ਟੂ ਬੂਟਾ 75 ਸੈਂਟੀਮੀਟਰ ਹੈ। ਛੇ ਦਿਨ ਨੰਬਰ ਉਹ ਪਲਾਟ ਪੂਰੇ ਹੈ, ਅਤੇ ਜੇ ਡਰਿਪ 'ਤੇ ਲਾਇਆ ਜਾਵੇ ਤਾਂ ਨਰਮੇ ਦੀ ਫਸਲ ਭਰਪੂਰ ਪੈਦਾ ਹੋ ਸਕਦੀ ਹੈ। ਅਤੇ ਅਸੀਂ ਵੀ ਆਪਦੀ ਕੋਸ਼ਿਸ਼ ਕਰਾਂਗੇ ਕਿ ਘੱਟੋ ਘੱਟ 200-400 ਕਸਟਮਰ ਮਿਲ ਕੇ ਜਿਹਦੇ 100 ਮਿੰਟ ਖੇਤੀ ਪੈਦਾ ਕਰਾਂਗੇ।